ਤੇ ਜਿੱਥੇ ਡਾਕਟਰ ਸਾਹਿਬ ਨਰਮੇ ਦੀ ਗੱਲ ਕਰ ਰਹੇ ਸੀਗੇ ਹਰੇਕ ਤੀਜੇ ਚੌਥੇ ਸਾਲ ਬਾਅਦ ਇਹਦੀ ਕੋਈ ਅਲਾਮਤ ਕੋਈ ਫਸਲ ਆ ਜਾਂਦੀ ਹੈ ਕਿ ਆਪਣੀ ਜਿਹੜੀ ਨਰਮੇ ਦੀ ਫਸਲ ਹੈ ਜਦੋਂ ਮੈਂ 8 ਕੁਇੰਟਲ ਤੋਂ ਆਪਣੀ 2.5-3 ਕੁਇੰਟਲ ਤੇ ਆ ਜਾਂਦੀ ਜਾ ਕੇ ਇਸ ਕਰਕੇ ਹੁੰਦਾ ਹੁਣੇ ਹੀ ਆਪਾਂ ਨੂੰ ਮੁਕਾਬਲਾ ਕਰਨ ਵਾਸਤੇ ਹੁਣੇ ਆਪਾਂ ਤਿਆਰੀ ਖਿੱਚਣੀ ਪੈਂਦੀ ਹਲੇ ਆਪਣੇ ਕੋਲ 15-20-25 ਦਿਨ ਮਹੀਨੇ ਦਾ ਟਾਈਮ ਆਪਣੇ ਕੋਲ ਹੈਗਾ ਹੋਵੇ 15 ਅਪ੍ਰੈਲ ਦੇ ਬਾਅਦ ਆਪਣੀਆਂ ਸਾਰੀ ਵਾਢੀਆਂ ਵੂਢੀਆਂ ਸਟਾਰਟ ਹੋ ਜਾਣੀਆਂ ਅਤੇ ਆਪਾਂ ਜਿਹੜੀ ਬੀਜਾਂ ਦਾ ਆਪਾਂ ਹੁਣੇ ਤੋਂ ਆਪਾਂ ਸੋਚੀਏ ਆਪਾਂ ਜਾ ਕੇ ਡਾਕਟਰ ਸਾਹਿਬ ਨੇ ਇਸ ਸਟੇਜ ਦੇ ਉੱਪਰ ਤੁਹਾਨੂੰ ਜਿਹੜੀ 50 ਵਰਾਇਟੀਆਂ ਦੀ ਜਿਹੜੀ ਜਿਸ ਸੀ ਜਿਹੜੀ ਤੁਹਾਨੂੰ ਕੱਢ ਕੇ ਤੁਹਾਡੇ ਸਾਹਮਣੇ ਪੇਸ਼ ਕੀਤੀ ਇਹ ਵੀ 6 ਵਰਾਇਟੀਆਂ ਬੈਸਟ ਹੋਰ ਕੋਈ ਸਾਇੰਸਦਾਨ ਹੁੰਦਾ ਤਾਂ 6 ਦੱਸਦਾ ਵੀ ਨਹੀਂਗਾ ਇਹ ਸਿਰਫ ਇਸ ਸਟੇਜ ਦੇ ਉੱਪਰ ਵੀ ਆਪਣੇ ਕਿਸਾਨ ਵੀਰਾਂ ਨੂੰ 6 ਵਰਾਇਟੀਆਂ ਦਾ ਪਤਾ ਹੋਣਾ ਚਾਹੀਦਾ ਹਾਲਾਂਕਿ ਹੁੰਦਾ ਇਹ ਹੈ ਕਿ ਕੋਈ ਵੀ ਕੰਪਨੀ ਜਿਹੜੀ ਹੈ ਉਹ ਪੂਰੇ ਪੰਜਾਬ ਦੇ ਵਿੱਚ 19-20 ਲੱਖ ਪੈਕਟ ਚਾਹੀਦੇ ਹੁੰਦੇ ਆ ਬਿਜਾਈ ਕਰਨ ਵਾਸਤੇ ਉਹ ਪੂਰੀ ਨਹੀਂ ਕਰ ਸਕਦੀ ਅਤੇ ਜਦੋਂ ਆਪਾਂ ਇੱਕ ਵਰਾਇਟੀ ਦੀ ਬਿਜਾਦ ਕਰ ਦਿੰਦੇ ਹਾਂ ਜਦ ਤੱਕ ਉਹਦਾ ਆਪਾਂ ਸਾਹ ਨਹੀਂ ਕੱਢ ਦਿੰਦੇ ਆਪਾਂ ਉਹਨੂੰ ਆਪਾਂ ਛੱਡਦੇ ਨਹੀਂ ਜਾ ਕੇ ਵਰਾਇਟੀਆਂ ਹੋਰ ਵੀ ਬਹੁਤ ਹੁੰਦੀਆਂ ਜਦੋਂ ਇੱਕ ਵਰਾਇਟੀ ਦਾ ਆਪਾਂ ਰਕਬਾ ਇੱਕ ਲਗਾਤਾਰ ਕਰ ਦਿੰਦੇ ਹਾਂ ਉਹ ਵਰਾਇਟੀ ਦੇ ਵਿੱਚ ਸਮਰੱਥਾ ਘੱਟ ਜਾਂਦੀ ਹੈ ਬਿਮਾਰੀ ਕੀੜੇ ਟਾਕਰਾ ਕਰਦੀ ਸਭ ਸਮਰੱਥਾ ਘੱਟ ਜਾਂਦੀ ਹੈ ਅਤੇ ਇਕੱਲੀ ਆਪਾਂ ਇਹ ਨਾ ਸੋਚੀਏ ਵੀ ਆਪਾਂ ਡਾਕਟਰ ਸਾਹਿਬ ਨੇ 7 ਵਰਾਇਟੀਆਂ ਦੱਸੀਆਂ ਤੁਸੀਂ 10 ਪੂਰੇ ਪਿੰਡ ਦਾ ਵੀ ਤੁਹਾਨੂੰ ਆਪਦਾ ਬਹੁਤ ਤਜਰਬਾ ਹੈ ਤੁਸੀਂ 2 ਕਿਸਾਨ ਵੀ ਗੱਲ ਹੀ ਕਰ ਰਹੇ ਸੀ ਇਹ ਆਪਣੀ ਚੰਗੀ ਰਹੀ ਸੀ ਤੁਸੀਂ ਦੋਵੇਂ ਇਹ ਆਪਣੀ ਚੰਗੀ ਰਹੀ ਸੀ ਕਿ ਤੁਹਾਡੇ ਆਪਦੇ ਖੇਤ ਬਹੁਤ ਵੱਡੇ ਤਜਰਬੇ ਹੁੰਦੇ ਆ ਤਾਂ ਪੂਰੇ ਪਿੰਡ ਦੇ ਵਿੱਚ ਆਪਾਂ ਵੇਖੀਏ ਮੰਨ ਲਓ 700 ਕਿੱਲੇ ਨਰਮਾ ਬੀਜਣਾ ਹੈ ਉਹਦੇ ਵਿੱਚ 150 ਕਿੱਲਾ 1 ਹੋ ਗਿਆ 150 1 ਹੋ ਗਿਆ 150 1 ਹੋ ਗਿਆ ਜਾ ਕੇ ਪੂਰਾ ਇੱਕ ਚਿੱਤ ਕਵਰਾਪਣ ਹੋ ਗਿਆ ਮੋਜਕ ਜਿਹਾ ਬਣ ਗਿਆ ਜਾ ਕੇ ਜੀ ਜਦੋਂ ਕੋਈ ਬਿਮਾਰੀ ਜਾਂ ਕੀੜੇ ਦਾ ਹੱਲਾ ਹੋ ਗਿਆ ਜਾਂ ਕਲਾਈਮੇਟ ਦੀ ਕੋਈ ਇਹੋ ਜਿਹੀ ਅਲਾਮਤ ਜੀ ਆ ਗਈ ਤਾਂ ਕਮ ਸੇ ਕਮ 1-2 ਵਰਾਇਟੀਆਂ ਤਾਂ ਆਪਣੇ ਕੋਲ ਸਾਰੀ ਇਹੋ ਜਿਹੀਆਂ ਹੋਣਗੀਆਂ ਆਪਣੇ ਬੱਚੀਆਂ ਰਹਿਣਗੀਆਂ ਜੀ ਮਗਰੋਂ ਜਾ ਕੇ ਛਾਟ ਮਾਰ ਜਾਂਦੀਆਂ ਕੋਈ 2 ਵਰਾਇਟੀਆਂ ਖੜੀਆਂ ਰਹਿੰਦੀਆਂ ਕਿਉਂਕਿ ਜਦੋਂ ਬੀਟੀ ਕੋਟਨ ਦੀ ਜਿਹੜੀ ਸਿਫਾਰਿਸ਼ ਆਈ ਸੀ ਉਹ ਕਹਿੰਦੇ ਰੇਤਲੇ ਵਾਲਾ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਦੀ ਤਾਕਤ ਖਿੱਚਣ ਦੀ ਤਾਕਤ ਸ਼ਮਤਾ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਨਿਊਟ੍ਰੀਸ਼ਨ ਵੀ ਜ਼ਰੂਰੀ ਹੈ ਮਗਰੋਂ ਜਾ ਕੇ ਕੋਈ ਚੱਕੜਵਾਈ ਮੀਂਹ ਜਿਹਾ ਪੈ ਗਿਆ ਥੋੜ੍ਹੀ ਵਾਈਟ ਫਲਾਈ ਜੀ ਆ ਗਈ ਜਾਂ ਕਿ ਚਿੱਟਾ ਮੱਛਰ ਆ ਗਿਆ ਜਿਵੇਂ ਡਾਕਟਰ ਸਾਹਿਬ ਦੱਸ ਰਹੇ ਸੀਗੇ ਵੀ ਆਪਾਂ ਯੂਰੀਆ ਪਾਣੀ ਵੀ ਛੱਡ ਦਿਓ ਸਵੇਰੇ ਦੀ ਤੁਸੀਂ ਚਾਹ ਪਾਣੀ ਨਾਸ਼ਤਾ ਕਰਕੇ ਚੱਲੇ ਜੇ ਠੀਕ ਹੈ ਹੁਣ 2.5-3 ਘੰਟੇ ਤੁਸੀਂ ਚਿਹਰੇ ਥੋੜ੍ਹੇ ਜਿਹੇ ਮੁਰਝਾ ਜਾਂਦੇ ਨਾ ਵੀ ਯੂਰੀਆ ਤਾਂ ਪਹਿਲੀ ਕਿਸ਼ਤ ਪਾਤੀ ਸੀ ਆਪਾਂ ਡਾਕਟਰ ਰਾਜਵੀਰ ਮੈਡਮ ਨੇ ਦੱਸਿਆ ਵੀ DAP ਪਾਤੀ DAP ਦੇ ਵਿੱਚ 18% ਯੂਰੀਆ ਹੀ ਹੈ 40% ਫਾਸਫੋਰਸ ਹੈ ਤਾਕਤ 18% ਨੇ ਦਿਖਾਤੀ ਅਤੇ ਜਿਹੜੀ ਬਾਕੀ ਫਸਲ ਜਿਹੜੀ ਸੀ ਉਹ ਜਾ ਕੇ ਕੁਛ ਖਾਲੀ ਮੰਗਦੀ ਰਹਿ ਗਈ ਅਤੇ ਫਿਰ ਉਹਨੇ ਝਾੜ ਵੀ ਦੇਣਾ ਸੀਗਾ ਜਿਵੇਂ ਜਿਹਾ ਸਮਾਨ ਪਾਇਆ ਸੀਗਾ ਉਹਦੇ ਉਹਨੇ ਝਾੜ ਦੇਣਾ ਸੀਗਾ ਉੱਪਰ ਕੁਛ ਕੀੜਿਆਂ ਨੇ ਮਾਰਤਾ ਹੁਣ ਬਾਗਾਂ ਦੇ ਵੀ ਹਾਲਾਤ ਚੱਲ ਰਹੀ ਹੈ ਵੀ ਲੋਕਾਂ ਨੇ ਜਿਵੇਂ ਡਾਕਟਰ ਸਾਹਿਬ ਦੱਸੀ ਵੀ ਆਪਾਂ ਯੂਰੀਆ ਦੀ ਪ੍ਰੇਰਿਤ ਕੋ ਨਹੀਂ ਕਰਨੀ ਜਿਹੜੇ ਕਿਸਾਨ ਵੀਰਾਂ ਨੇ ਤੁਸੀਂ ਵੇਖਿਆ ਹੋਊਗਾ ਵੀ ਤਾਕਤ ਯੂਰੀਆ ਵਿੱਚ ਖਾਦਾਂ ਹੀ ਪਾਈਆਂ ਇਹ ਜ਼ਰੂਰੀ ਨਹੀਂ ਹੈ ਵੀ ਸਿੱਟਰ ਛਿੱਲੇ ਦਾ ਉੱਥੇ ਹੀ ਹੱਲਾ ਜ਼ਿਆਦਾ ਹੈ ਦੋਵਾਂ ਪਾਸੇ ਹੀ ਬਰਾਬਰ ਹੈਗਾ ਇਸ ਕਰਕੇ ਚਿੱਟੇ ਮੱਛਰ ਦਾ ਆਪਾਂ ਕੰਟਰੋਲ ਕਰ ਲਾਂਗੇ ਜਦੋਂ ਤਾਕਤ ਹੀ ਨਾ ਹੋਊਗੀ ਯਾਨੀ ਕਿ ਡਾਕਟਰ ਸਾਹਿਬ ਨੇ ਦਵਾਈ ਲਿਖਤੀ ਐਂਟੀਬਾਇਓਟਿਕ ਜਦੋਂ ਕੁਛ ਖਾਊਂਗਾ ਹੀ ਨਹੀਂ ਜਾ ਕੇ ਐਂਟੀਬਾਇਓਟਿਕ ਕੰਮ ਕਿੱਥੇ ਕਰੂਗੀ ਜਾ ਕੇ ਇਸ ਕਰਕੇ ਜ਼ਰੂਰੀ ਹੈ ਵੀ ਖਾਦਾਂ ਦੀ ਜਿਹੜੀ ਸੁਚੇਜੀ ਵਰਤੋਂ ਹੈ ਜ਼ਮੀਨਾਂ ਦੇ ਵਿੱਚ ਲਗਾਤਾਰ ਆਪਣਾ ਜਿਹੜਾ ਨਰਮੇ ਦੇ ਕਣਕ ਦਾ ਫਸਲੀ ਚੱਕਰ ਹੈ ਇਹਦੇ ਜ਼ਰੂਰੀ ਦੀ ਖਾਦ ਨਹੀਂ ਪੈਂਦੀ ਆਪਣੇ ਜ਼ਿਆਦਾ ਜੈਵਿਕ ਮਾਦਾ ਬਿਲਕੁਲ ਤੁਸੀਂ ਸਾਰੀਆਂ ਰਿਪੋਰਟਾਂ ਚੈੱਕ ਕਰਾ ਲਓ ਮੇਰੇ ਸਾਥੀ ਮੈਡਮ ਦੱਸ ਕੇ ਵੀ ਗਏ ਨੇ ਬਈ ਜ਼ਮੀਨਾਂ ਦੇ ਵਿੱਚ PH 8.5 ਬੜਾ ਹਾਈ ਹੈ ਆਪਣੀ ਫਾਸਫੋਰਸ ਵੀ ਪੂਰੀ ਆਊਗੀ ਹੁਣ ਸਾਰੇ ਜ਼ਿਮੀਂਦਾਰ ਬੈਠੇ ਨੇ ਤੁਸੀਂ ਸਾਰੀਆਂ ਰਿਪੋਰਟਾਂ ਭੇਜੋ ਸਾਰਾ ਫਾਸਫੋਰਸ ਵੀ ਪੂਰੀ ਹੈ ਨਾਈਟ੍ਰੋਜਨ ਵੀ ਪੂਰਾ ਹੈ ਸਾਰਾ ਪੂਰਾ ਹੈ ਲੇਕਿਨ ਕੀ ਹੈ ਜੈਵਿਕ ਮਾਦਾ ਬਹੁਤ ਘੱਟ ਹੈ ਆਪਣਾ ਫਸਲੀ ਚੱਕਰ ਵੀ ਇਸ ਤਰ੍ਹਾਂ ਦਾ ਹੈ ਵੀ ਜਿਹਦੇ ਜੈਵਿਕ ਮਾਦਾ ਪੂਰਾ ਹੀ ਨਹੀਂ ਹੋ ਪਾ ਰਿਹਾ ਆਪਣਾ ਇਸ ਕਰਕੇ ਬਹੁਤ ਜ਼ਰੂਰੀ ਹੈ ਵੀ ਜਿਹੜੀ ਖਾਦਾਂ ਦੀ ਸੰਤੁਲਿਤ ਵਰਤੋਂ ਜਿਹੜੀ ਹੈ ਬਹੁਤ ਜ਼ਰੂਰੀ ਹੈ ਡਾਕਟਰ ਸਾਹਿਬ ਨੇ ਕਿਹਾ ਵੀ ਜਿੰਕ ਦੀ ਜਿੰਕ ਸਲਫੇਟ ਪਾਣੀ ਹੈ ਜਿੰਕ ਸਲਫੇਟ ਚਾਹੇ ਘਾਟ ਹੈ ਚਾਹੇ ਨਹੀਂ ਹੈ ਆਪਾਂ ਜਿੰਕ ਸਲਫੇਟ ਦੀ ਇਸ ਵਾਰੀ ਵਰਤੋਂ ਕਰਨੀ ਹੈ ਡਾਕਟਰ ਸਾਹਿਬ ਮੇਰੇ ਸਾਹਿਬ ਇੱਕ ਸਿਫਾਰਿਸ਼ ਹੋਰ ਵੀ ਹੈ ਮੈਗਨੀਸ਼ੀਅਮ ਦੀ ਸਿਫਾਰਿਸ਼ ਵੀ ਹੈਗੀ ਉਹ ਚੀਜ਼ਾਂ ਦੀ ਆਪਾਂ ਵਰਤੋਂ ਕਰੀਏ ਕਿਉਂਕਿ ਦੋਨੋਂ ਇੱਕ ਐਗਨੋਮੀ ਤੋਂ ਸਾਇੰਟਿਸਟ ਨੇ ਇੱਕ ਸੋਇਲ ਸਾਇੰਸ ਤੋਂ ਸਾਇੰਟਿਸਟ ਨੇ ਇਹਨਾਂ ਦਾ ਮਹਿਕਮਾ ਹੈਗਾ ਜੇਕਰ ਬੂਟਾ ਤਾਕਤ 'ਚ ਰਹੂਗਾ ਤਾਂ ਸਾਡੀ ਮਹਿਕਮੇ ਦੀ ਲੋੜ ਨਹੀਂ ਪੈਣੀ ਵਾਈਟ ਫਲਾਈ ਦੀ ਅਤੇ ਕੀੜੇ ਮਕੌੜੇ ਦੇ ਬਿਮਾਰੀਆਂ ਦੀ ਸਹੀ ਦੱਸਾਂ ਤਾਂ ਜੇਕਰ ਤਾਕਤ ਹੋਊਗੀ ਤਾਂ ਬਿਮਾਰੀ ਦਾ ਹੱਲਾ ਘੱਟ ਕੀੜੇ ਦਾ ਹੱਲਾ ਘੱਟ ਹੋਣਾ ਜਾ ਕੇ ਇਸ ਕਰਕੇ ਪਹਿਲੇ ਜਿੰਨੀ ਵੀ ਸਿਫਾਰਿਸ਼ ਕਰਦੇ ਨੇ ਆਪਾਂ ਯੂਰੀਆ ਦੀ ਵਰਤੋਂ ਮੈਗਨੀਸ਼ੀਅਮ ਸਲਫੇਟ ਦੀ ਵਰਤੋਂ ਜਿੰਕ ਸਲਫੇਟ ਦੀ ਵਰਤੋਂ ਅਤੇ ਮਗਰੋਂ ਜਾ ਕੇ ਪੋਟਾਸ਼ ਦੀਆਂ ਵੀ ਲਗਭਗ 13-45 ਦੀਆਂ ਵੀ ਵਰਤੋਂ ਜਿਹੜੀ ਆਪਾਂ ਕਰਦੇ ਰਹੀਏ ਇਹ ਜਾ ਕੇ ਕਿੱਥੇ ਨਾ ਕਿੱਥੇ ਜ਼ਰੂਰ ਆਪਣਾ ਮੁੱਲ ਮੋੜਦੇ ਨੇ ਜ਼ਮੀਨ ਦੀ ਬਣਤਰ ਤਾਂ ਬਰਕਰਾਰ ਰਹਿੰਦੀ ਹੈ ਤਾਕਤ ਬਣੀ ਰਹਿੰਦੀ ਜਾ ਕੇ